ਬਡਾਲੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਇੱਥੇ ਪ੍ਰਕਾਸ਼ ਹੋਇਆ ਅਤੇ ਬੜਾ ਪਵਿੱਤਰ ਸਥਾਨ ਹੈ। ਜਿਹੜਾ ਕੁਛ ਦਿਨ ਪਹਿਲਾਂ ਤੋਂ ਇੱਕ ਮੁੱਦਾ ਚੱਲ ਰਿਹਾ ਨਿਸ਼ਾਨ ਸਾਹਿਬ ਨੂੰ ਲਾਉਣ ਦਾ ਜਾਂ ਉਹਨੂੰ ਪੁੱਟਣ ਦਾ, ਸਾਨੂੰ ਉਸ ਬਾਰੇ ਅੱਜ ਤੁਹਾਨੂੰ ਪ੍ਰੈਸ ਨਾਲ ਗੱਲਬਾਤ ਕਰਨੀ ਪਈ ਹੈ, ਕਿਉਂਕਿ ਬਹੁਤ ਜ਼ਿਆਦਾ ਸੋਸ਼ਲ ਮੀਡੀਆ 'ਤੇ ਗੁਰੂ ਕੀ ਵਡਾਲੀ, ਗੁਰੂ ਕੀ ਵਡਾਲੀ ਆਇਆ। ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਵੀ ਇਹ ਜਿਹੜੀ ਜ਼ਮੀਨ ਹੈ ਜਿਹਦਾ ਮਸਲਾ, ਇਹ ਪਹਿਲਾਂ ਪੰਚਾਇਤ ਕੋਲ ਸੀ, ਪੰਚਾਇਤ ਕੋਲ ਬਾਅਦ 'ਚ ਕਾਰਪੋਰੇਸ਼ਨ 'ਚ ਆਈ। ਜਿਹੜੇ ਬੰਦੇ ਨੂੰ ਉਦੋਂ ਵਾਹ ਰਿਹਾ ਸੀ ਉਹਨਾਂ ਦਾ ਜਿਹੜਾ ਕੇਸ ਆ ਕਾਰਪੋਰੇਸ਼ਨ ਦੇ ਨਾਲ ਚੱਲ ਰਿਹਾ। ਆਉਣ ਵਾਲੇ ਕੱਲ੍ਹ ਨੂੰ ਕਾਰਪੋਰੇਸ਼ਨ ਜੇਜੇ ਅਤੇ ਕਾਰਪੋਰੇਸ਼ਨ ਸਾਰੀ ਪਲੀ 15 ਕਿੱਲੇ ਜਿੰਨੀ ਲੈ ਜੇ, ਆਉਣ ਵਾਲੇ ਸਮੇਂ 'ਚ ਇਹ ਜੇਜਣ, ਸਰਕਾਰ ਇਹਨਾਂ ਨੂੰ ਕੋਈ ਪੈਸੇ ਪਾ ਦੇ, ਕੋਈ ਇਹਨਾਂ ਨੂੰ ਖਰਚ ਲਾਵੇ ਵੀ ਤੁਸੀਂ ਇੰਨੇ ਚਿਰ ਦੇ ਮਤਲਬ ਵਾਹੁਣ ਡੈ ਜੇ, ਅਤੇ ਇਹ ਜੇਜਣ। ਇੱਕ ਤੀਜੀ ਧਿਰ ਜਿਹੜੇ ਸਾਡੇ ਪਿੰਡ ਦੇ ਬੰਦੇ ਨੇ, ਤੀਜੀ ਧਿਰ ਦਾ ਕੋਈ ਮੈਟਰ ਨਹੀਂ ਬਣਦਾ। ਵੇਖੋ, ਗੁਰੂ ਗ੍ਰੰਥ ਸਾਹਿਬ ਕਿਸੇ ਨੇ ਘਰ ਬਣਾਉਣਾ ਹੋਵੇ ਉਹ 10 ਵਾਰੀ ਸੋਚਦਾ ਵਾ ਵੀ ਮੈਂ ਇਹ ਪਲਾਟ ਲੈਣਾ ਵਾ, ਕਿਹੜਾ ਬੰਦੇ ਨੇ ਕਲੋਨੀ ਕੱਢੀ ਆ, ਕਿਹੜੀ ਮਾਲਕੀ ਆ, ਕਿਹਦੀ ਗੁਰਦੁਆਰੀ ਆ, ਕਿਹਦੇ ਨਾਂ 'ਤੇ ਜਮ੍ਹਾਂ ਬੰਦੀ ਆ। ਅਤੇ ਇੱਕ ਆਪਾਂ ਗੁਰਦੁਆਰਾ ਬਣਾਉਣਾ ਉਹ ਕਾਰਪੋਰੇਸ਼ਨ ਦੀ ਜਗ੍ਹਾ ਬਣਾ ਦੇਣਾ, ਆਪਾਂ ਇੰਨੇ ਨਵੇਂ ਪੱਧਰ 'ਤੇ ਆ ਗਏ ਹਾਂ। ਇਹ ਸਾਡੇ ਤੋਂ ਪਹਿਲਾਂ ਇਹਨਾਂ ਨੇ ਜਦੋਂ ਰਾਤ 11 ਵਜੇ ਇਹ ਨਿਸ਼ਾਨ ਸਾਹਿਬ ਲਾਇਆ, ਇਹ ਭਾਅ ਜੀ ਹੁਣੀ ਸਵੇਰੇ ਮੇਰੇ ਕੋਲ ਆਏ 5-10 ਬੰਦੇ ਵੀ ਆਹ ਗੱਲ ਹੋ ਗਈ ਹੈ। ਮੈਂ ਉਹਨੂੰ ਕਿਹਾ ਵੀ ਆਪਾਂ ਕੋਈ ਠੰਡੇ ਸੁਭਾਅ ਨਾਲ ਗੱਲ ਕਰਨੀ ਆ, ਇਹ ਬੜਾ ਵੱਡਾ ਸਥਾਨ ਹੈ ਜਿੱਥੇ ਰਹਿ ਰਹੇ ਹਾਂ, ਅਤੇ ਇੱਥੇ ਅੱਜ ਦਾ ਵੀ ਇਤਿਹਾਸ ਅੱਜ ਤੱਕ ਦਾ ਵੀ ਕਿੰਨੀਆਂ ਇਲੈਕਸ਼ਨਾਂ ਹੋਈਆਂ, ਅਸੀਂ ਸਾਰੇ ਹੁਣ ਕਾਂਗਰਸੀ ਵੀ ਆ, ਅਕਾਲੀ ਵੀ ਬੈਠੇ ਆ, ਆਪ ਵਾਲੇ ਬੈਠੇ ਆ, ਕੌਮ ਸਾਰੀਆਂ ਪਾਰਟੀਆਂ ਬੰਦੇ ਬੈਠੇ ਆ। ਕਦੀ ਵੀ ਵਡਾਲੀ ਗੁਰੂ ਦੇ ਵਿੱਚ ਅੱਜ ਤੱਕ ਸ਼ਿਕਾਇਤ ਨਹੀਂ ਗਈ ਵੀ ਇੱਥੇ ਬੂਹ 'ਤੇ ਝਗੜਾ ਆ ਜਾਂ ਕੋਈ ਗੱਲਬਾਤ ਹੋਈ ਆ। ਇੰਨਾ ਪੀਸਫੁੱਲ ਹਰ ਵਾਰੀ ਇਲੈਕਸ਼ਨ ਹੁੰਦੀ ਰਹੀ ਆ ਅਤੇ ਕਦੀ ਵੀ ਨਹੀਂ। ਫਿਰ ਇਹ ਸਾਡੇ ਭਰਾ ਨੇ, ਅਸੀਂ ਹਰ ਇਹਨਾਂ ਦੀ ਖੁਸ਼ੀ ਦੇ ਗਮੀ ਦੇ ਇਹ ਸਾਡੇ ਲਾਉਂਦੇ ਆ, ਅਸੀਂ ਇਹਨਾਂ ਨਾਲ ਜਾਂਦੇ ਹਾਂ। ਇਹਨਾਂ ਕੋਈ ਗ੍ਰਾਹੀ ਹੋਵੇ ਅਸੀਂ ਦੇਣੀ ਹੋਵੇ ਤੁਸੀਂ ਦੇਣੀ ਹੋਵੇ, ਅਸੀਂ ਇਹਨਾਂ ਨੂੰ ਜਦੋਂ ਇਹ ਗੱਲ ਚੱਲੀ ਮੈਨੂੰ ਇਹਨਾਂ ਕਿਹਾ, ਮੈਂ ਕਿਹਾ ਵੀ ਆਪਾਂ ਠੰਡੇ ਹੋਏ ਆਪਾਂ ਗਲਤ ਕੰਮ ਨਹੀਂ ਕਰਨਾ। ਮੈਂ ਉਹਨਾਂ ਨੂੰ ਸੱਦਿਆ, ਆਪਾਂ 3-4 ਮੀਟਿੰਗਾਂ ਕੀਤੀਆਂ। ਇੱਕ ਮੀਟਿੰਗ ਮੈਂ ਸ਼ਾਹੜਾ ਸਾਹਿਬ ਗੁਰਦੁਆਰੇ ਕੀਤੀ, ਮਤਲਬ ਕਾਫੀ ਸਾਡੇ ਬੰਦੇ ਸੀ ਉਹਨਾਂ ਨੂੰ ਸੱਦਿਆ ਵੀ ਆਪਾਂ ਇੱਦਾਂ ਨਾ ਕਰੀਏ, ਜੇ ਤੁਸੀਂ ਗੁਰਦੁਆਰਾ ਬਣਾਉਣਾ ਅਸੀਂ ਤੁਹਾਡੇ ਨਾਲ ਲੱਗਦੇ ਹਾਂ, ਤੁਸੀਂ ਜੋ ਪਲਾਟ ਲਓ ਸਾਰਾ ਪਿੰਡ ਤੁਹਾਡਾ ਗ੍ਰਾਹੀ ਕਰਕੇ ਤਾਂ ਜਿੰਨੀ ਗ੍ਰਾਹੀ ਹੋਊਗੀ ਦੇਵਾਂਗੇ। ਮਤਲਬ ਅੱਜ ਆਪਾਂ ਗੁਰਦੁਆਰਾ ਬਣਾ ਦਿੰਦੇ ਹਾਂ ਜੀ ਕਾਰਪੋਰੇਸ਼ਨ ਦੀ ਜਗ੍ਹਾ 'ਚ, ਜਾਂ ਜਿਹੜੇ ਜ਼ਿਮੀਂਦਾਰ ਬਾਹਰ ਆ 2-3 ਸਾਲ ਨੂੰ ਉਹਨੂੰ ਉਹ ਕੇਸ ਚੱਲ ਜਾਂਦੇ ਆ ਕਾਰਪੋਰੇਸ਼ਨ, ਅਤੇ ਉਹਦਾ ਕੀ ਬਣੇਗਾ ਜੀ? ਫਿਰ ਅਸੀਂ ਲੋਕਾਂ ਕਹਿਣਾ ਵੀ ਉਹਦੀ ਬੇਅਦਬੀ ਹੋਈ ਜੀ ਗੁਰਦੁਆਰਾ ਢਾਹਤਾ ਗਿਆ, ਆਪਾਂ ਪਹਿਲਾਂ ਕਿਉਂ ਕਰ ਰਹੇ ਹਾਂ ਜੀ? ਜਿਹੜੀ ਨਿਸ਼ਾਨ ਸਾਹਿਬ ਦੇ ਵਿੱਚ ਇਹ ਕਹਿ ਰਹੇ ਵੀ ਕੁਛ ਨਹੀਂ ਹੋਇਆ, ਉਹਦੇ ਵਿੱਚ ਤੁਹਾਨੂੰ ਮੈਂ ਹੁਣੇ ਫੋਟੋ ਪਹਿਲਾਂ ਦਿਖਾਈ ਆ ਵੀ ਬਕਾਇਦਾ ਅਰਦਾਸ ਹੋਈ ਆ। ਅਰਦਾਸ ਹੋਣ ਤੋਂ ਬਾਅਦ ਜਿਹੜਾ ਨਿਸ਼ਾਨ ਸਾਹਿਬ, ਠੀਕ ਹੈ ਸਾਡੇ ਸਿਆਣੇ ਬੰਦਿਆਂ ਨੇ ਇਹਨਾਂ ਨੇ ਕੋਈ ਗੱਲ ਨਹੀਂ ਕੀਤੀ, ਮੁੰਡੇ ਸੀ ਉਹ ਜਦੋਂ ਨਾ ਟੁੱਟਾ ਤਾਂ ਉਹਨਾਂ ਟਰੈਕਟਰ ਦੀ ਵਰਤੋਂ ਕੀਤੀ ਆ, ਉਹ ਸਾਰੀ ਲੋਕਾਂ ਮਹਿਸੂਸ ਕੀਤਾ, ਅਸੀਂ ਵੀ ਕਰਦੇ ਹਾਂ ਵੀ ਟਰੈਕਟਰ ਨਾਲ ਅਸੀਂ ਹੋਰ ਟਾਈਮ ਲੱਗ ਜਾਂਦਾ ਉਹਨੂੰ ਤੋੜਦੇ। ਮੈਂ ਨਾ ਅਸੀਂ ਮੰਨਦੇ ਹਾਂ, ਪਰ ਵੇਖੋ ਜਿਨ੍ਹਾਂ ਨੇ ਨਿਸ਼ਾਨ ਸਾਹਿਬ ਕਾਰਪੋਰੇਸ਼ਨ ਦੀ ਜਾਂ ਪੰਚਾਇਤ ਦੀ ਜਗ੍ਹਾ 'ਚ ਲਾ ਤਾ ਉਹਨਾਂ ਵੀ ਗਲਤੀ ਕੀਤੀ ਹੈ। ਆਪਾਂ ਗੁਰੂ ਘਰ ਬਣਾਉਣਾ, ਮੰਦਰ ਬਣਾਉਣਾ, ਮਸਜਿਦ ਬਣਾਉਣੀ ਆ, ਇੱਦਾਂ ਦੀ ਜਗ੍ਹਾ ਥੋੜ੍ਹੀ ਬਣਾਵਾਂਗੇ ਆਪਾਂ ਸਾਡਾ ਢੰਗ ਫਿਰ ਹੋ ਸਕਦਾ, ਮਕਸਦ ਨਹੀਂ ਗਲਤ। ਫਿਰ ਅਸੀਂ ਉਹਨਾਂ ਨਾਲ ਮੀਟਿੰਗਾਂ ਕੀਤੀਆਂ, ਸਾਰੇ ਬੰਦੇ ਮੈਨੂੰ ਆਖਣ ਵੀ ਤੂੰ ਬੜਾ ਲੰਮਾ ਲੈ ਗਿਆ, ਬੜਾ ਲੰਮਾ ਟਾਈਮ ਕਰਤਾ, ਮੈਂ ਕਿਹਾ ਤੁਸੀਂ ਸ਼ਾਂਤੀ ਰੱਖੋ। ਫਿਰ ਅਸੀਂ ਹਲਕੇ ਦੇ MLA ਕੋਲ ਗਏ, ਉਹਨੂੰ ਟਾਈਮ ਦਿੱਤਾ, ਉਹਨੇ ਸਾਨੂੰ ਸੱਦਿਆ, ਇਹਨਾਂ ਨੇ ਸ਼੍ਰੋਮਣੀ ਕਮੇਟੀ ਨੂੰ ਲੈਟਰਾਂ ਦਿੱਤੀਆਂ, ਆਪਣਾ ਹੋਰ ਸਾਰਿਆਂ ਨੂੰ ਲੈਟਰਾਂ ਦਿੱਤੀਆਂ ਇਹਨਾਂ ਨੇ। MLA ਨੇ ਵੀ ਬਹਿ ਕੇ ਕਿਹਾ ਵੀ ਤੁਸੀਂ ਇੱਦਾਂ ਨਾ ਕਬਜ਼ਾ ਮਤਲਬ ਬਣਾਓ, ਨਾ ਜਗ੍ਹਾ ਕਰੋ,
ਤੁਹਾਡਾ ਕੋਲ ਹੋਰ ਇੰਤਜ਼ਾਮ ਕਰ ਦਿੰਦੇ ਹਾਂ, ਪਰ ਉਹਨਾਂ ਨੇ ਉਹਨਾਂ ਨੂੰ ਵੀ ਨਹੀਂ ਮੰਨਿਆ। ਵੇਖੋ ਜੀ, ਉਹ 2 ਕਿੱਲੇ ਜ਼ਮੀਨ ਸੀ, 2 ਕਿੱਲੇ 'ਚ ਇੰਦਰਾ ਕਲੋਨੀ ਕੱਟੀ ਗਈ, 2 ਕਿੱਲੇ 'ਚ ਪਲਾਟ ਉਹਨਾਂ ਦੇ ਹੈਗੇ ਆ, ਸਭ ਕੁਝ ਉੱਥੇ ਹੈਗਾ। ਹੁਣ ਇਹ ਥੋੜ੍ਹਾ ਵੀ ਆਪਾਂ ਜਿਹੜੀ ਨਾ ਲੱਗਦੀ ਜ਼ਮੀਨ ਉਹ 'ਚ ਸਕੂਲ ਖੋਲ ਦਈਏ ਅਤੇ ਆਪਾਂ ਉਹ 'ਚ ਗੁਰਦੁਆਰਾ ਸਾਹਿਬ ਬਣਾ ਦਈਏ, ਮੰਦਰ ਬਣਾ ਦਈਏ, ਇਹ ਤਾਂ ਫਿਰ ਜਿਹੜਾ ਮਰਜ਼ੀ ਕੱਲ੍ਹ ਉੱਠੂਗਾ, ਜਿੱਥੇ ਕੋਈ ਮਰਜ਼ੀ ਬਣਾ ਦੂਜੇ ਆ ਕੇ। ਉਹ ਕਹਿੰਦੇ ਕਿ ਜਦੋਂ ਕਲੋਨੀ ਕੱਟੀ ਗਈ ਆ ਉਦੋਂ ਸਕੂਲ ਦੀ ਅਤੇ ਜਿਹੜੀ ਆ ਗੁਰਦੁਆਰਾ ਸਾਹਿਬ ਦੀ ਗੁਰੂ ਘਰ ਦੀ ਪਰਮਿਸ਼ਨ ਨਾ ਰੱਖੀ ਗਈ, ਕੋਈ ਸਾਨੂੰ ਪਤਾ? ਹਾਂਜੀ, ਕੋਈ ਉਹਨਾਂ ਕੋਲ ਮਤਾ ਨਹੀਂ ਗਾ, ਕੋਈ ਗੱਲ ਨਹੀਂ ਗੀ, ਕੋਈ ਬਾਤ ਨਹੀਂ ਗਈ, ਸਿਰਫ 2 ਕਿੱਲੇ ਦੇ ਇੰਦਰਾ ਜਿਹੜੀ ਗਾਂਧੀ ਦਾ ਪ੍ਰੋਹਣ ਸੀ ਉਹਦੇ 'ਚ ਉਹਨਾਂ ਪਲਾਟ ਕੱਟੇ ਆ, ਉਹ ਪਲਾਟ ਸਾਰੇ ਉਹਨਾਂ ਦੇ ਕੋਲ ਆ। ਇਹ ਤਾਂ ਵੇਖੋ ਨਾ, ਜਮਾਂ ਬੰਦੀਆਂ ਬੋਲਣ ਡੀਆਂ, ਗਰਦੌੜੀਆਂ, 4 ਮਰਲੇ ਜ਼ਮੀਨ ਆ ਜਿਹਦੇ ਵਿੱਚ ਉਹਨਾਂ ਨਿਸ਼ਾਨ ਸਾਹਿਬ ਲਾਇਆ। ਇਹ ਹੁਣ ਭਾਈ ਸਾਹਿਬ ਧੰਨਵਾਦ ਕਰਨਗੇ ਗੱਲ, ਅਤੇ ਇਹ ਪੰਜ ਕਨਾਲ 4 ਨਵਸ ਰੈਣ ਸਿੰਘ ਗੁਰੂ ਕੀ ਵਡਾਲੀ, ਮੈਂ ਜ਼ਮੀਨ ਵਾਹ ਰਿਹਾ ਸੀ। ਕਿੰਨੇ ਚਿਰ ਤੋਂ ਵਾਹ ਰਿਹਾ? ਦੱਸਦਾ ਜੀ, ਇਹ ਸੰਨ 73-74 ਦੀ ਗਰਦੌਰੀ ਆ ਜੀ, 73-74 ਦੀ ਗਰਦੌਰੀ ਆ, ਉਸ ਤੋਂ ਲੈ ਕੇ ਇਹ 18-19 ਦੀ 2018-19 ਦੀ ਗਰਦੌਰੀ ਆ ਜੀ, ਅੱਜ ਤੱਕ ਅਸੀਂ ਜ਼ਮੀਨ ਵਾਹ ਰਹੇ ਹਾਂ। ਇਹ 18-19 ਦੀ ਗਰਦੌਰੀ ਨਵੀਂ ਜਮ੍ਹਾਂਬੰਦੀ, ਅੱਜ ਤੱਕ ਅਸੀਂ 64-65 ਤੋਂ ਲੈ ਕੇ ਖਾਸ ਸਾਡੇ ਕੋਲ 73-74 ਦੀ ਆ ਜਮ੍ਹਾਂਬੰਦੀ, ਅਸੀਂ 73-74 ਤੋਂ ਹੀ ਗਿਣਦੇ ਹਾਂ। ਕੋਈ ਮਹੀਨਾ ਡੇਢ ਮਹੀਨਾ ਹੋ ਗਿਆ ਜੀ। ਜ਼ਮੀਨ ਬੀਜੀ ਹੋਈ ਸੀ, ਐਡੀ ਐਡੀ ਮਕਈ ਸੀ, ਵਿੱਚ ਮਕਈ ਦੇ ਵਿੱਚ ਖੜਾ ਕਰ ਦਿੱਤਾ ਰਾਤ 11:30 ਵਜੇ। ਅਸੀਂ ਸਵੇਰੇ ਜਾ ਕੇ ਵੇਖਿਆ, ਅਸੀਂ ਉਸੇ ਵੇਲੇ ਪਹਿਲਾਂ ਇਹਨਾਂ ਕੋਲ ਗਏ, ਪਤਾ ਕੀਤਾ, ਫਿਰ ਅਸੀਂ ਥਾਣੇ ਗਏ, ਥਾਣੇ ਵਾਲਿਆਂ ਨੇ 2 ਸਿਪਾਹੀ ਮੇਰੇ ਨਾਲ ਭੇਜੇ ਉੱਥੇ, ਉਹਨਾਂ ਨੂੰ ਆਖਿਆ ਵੀ ਕੰਮ ਬੰਦ ਕਰ ਦਿਓ, ਪਰ ਉਹਨਾਂ ਕੋਈ ਪਰਵਾਹ ਨਹੀਂ ਕੀਤੀ, ਉਹ ਸਿਪਾਹੀ ਜਿਹੜੇ ਸੀ ਉਹ ਅਰਮਾਨ ਨਾਲ ਮੁੜ ਗਏ ਘਰ ਨੂੰ। ਫਿਰ ਦੂਜੇ ਚੌਥੇ ਦਿਨ ਫਿਰ SSO ਸਾਹਿਬ ਨੂੰ ਮਿਲੇ ਜਾ ਕੇ, ਉਹਨਾਂ ਆਖਿਆ ਜੀ ਉਹ ਕੇਸ ਜਿਹੜਾ ਚੱਲਦਾ ਉਹਦੀ ਕਾਪੀ ਦਿਓ ਜੀ, ਆਹ ਵੇਖੋ ਆਪਣਾ ਕਾਰਪੋਰੇਸ਼ਨ ਦੇ ਨਾਲ ਸਾਡਾ ਕੇਸ ਚੱਲਣ ਡਿਆ ਹੈ। ਹਾਂ ਠੀਕ ਹੈ, ਉਹ ਕਾਬਜ਼ਾ ਜਾਂ ਅਸੀਂ ਕਾਬਜ਼ਾ ਇਹ ਵੱਖਰੀ ਗੱਲ ਹੈ, ਸਾਡਾ ਉਹਨਾਂ ਨਾਲ ਝਗੜਾ ਚੱਲਦਾ ਵਾ, ਇਹ ਜਦੋਂ ਫੈਸਲਾ ਹੋਊਗਾ ਉਦੋਂ ਪਤਾ ਲੱਗੂ। 3/8 ਭੁਗਤੀ ਆ, ਹੁਣ 5/9 ਆ ਇੱਥੇ ਕੋਰਟ ਦੇ ਵਿੱਚ, ਉਹ ਵੇਖੋ ਜਿਹੜੇ ਪਾਸੇ ਲੱਗੂ ਵੇਖੀ ਜੀ। ਉਹਨਾਂ ਦੀ ਮੰਸ਼ਾ ਇਹੋ, ਉਹ ਵੀ ਤੁਹਾਨੂੰ ਦੱਸਦਾ। ਆਹ ਵੇਖੋ ਨਗਰ ਨਿਗਮ ਕੋਲ ਗਏ ਅਸੀਂ, ਉਹਨਾਂ ਨੂੰ ਦਿੱਤੀ ਆ ਦਰਖਾਸਤ, ਸ਼੍ਰੋਮਣੀ ਕਮੇਟੀ ਕੋਲ ਗਏ ਉਹਨਾਂ ਨੂੰ ਦਿੱਤੀ ਆ ਦਰਖਾਸਤ, ਸਤਿਕਾਰ ਕਮੇਟੀ ਕੋਲ ਗਏ ਉਹਨਾਂ ਨੂੰ ਦਿੱਤੀ ਆ ਦਰਖਾਸਤ ਵੀ ਨਿਸ਼ਾਨ ਸਾਹਿਬ ਗਲਤ ਲੱਗਾ। ਜੇ ਹੋਰ ਜਿੰਨੀਆਂ ਜੱਸੀਆਂ ਬੰਦੀਆਂ ਇਹਦੇ ਨਾਲ ਸੰਬੰਧਿਤ ਨੇ ਉਹਨਾਂ ਨੂੰ ਅਸੀਂ ਜਾ ਕੇ ਮਿਲੇ ਹਾਂ, ਪਰ ਕੋਈ ਸੁਣਵਾਈ ਨਹੀਂ। ਆਪਣਾ ਕਾਰਪੋਰੇਸ਼ਨ ਵਾਲੇ, ਆਹ ਵੇਖੋ ਕਾਰਪੋਰੇਸ਼ਨ ਨੂੰ ਚਿੱਠੀਆਂ ਕੱਢੀਆਂ ਹਾਂ, ਇਹ ਸਿਰਫ ਕਬਜ਼ੇ ਦੀ ਨੀਅਤ ਨਾਲ। ਉਹਨਾਂ ਪਹਿਲਾਂ ਵੀ ਜਿਹੜੀ 2 ਕਿੱਲੇ ਕਲੋਨੀ ਕੱਟੀ ਆ ਨਾ ਜੀ, ਉਹਦੇ 'ਚੋਂ ਵੀ ਕੁਛ ਲੋਕ ਆ ਵੇਖੋ ਬੈਠੇ ਸਾਡੇ ਕੋਲ, ਜਿਹਨਾਂ ਕੋਲ ਸੰਦਾਂ ਹੈਗੀਆਂ ਨੇ, ਗੌਰਮੈਂਟ ਵੱਲੋਂ ਅਲਾਟਮੈਂਟ ਹੈਗੀ ਆ, ਸੰਦਾਂ ਓਰੀਜਨਲ ਕੋਲ ਨੇ, ਪਰ ਉਹਨਾਂ ਨੂੰ ਪਲਾਟ ਨਹੀਂ ਦਿੱਤੇ ਗਏ। ਇਹਨਾਂ ਨੇ ਜਿਹੜੇ ਕਬਜ਼ਾ ਕਰਨ ਰਹੇ ਨੇ, ਇਹਨਾਂ ਨੇ ਉਹ ਪਲਾਟ ਬਾਅਦ ਵਿੱਚ, ਇੱਕ ਵੀ ਵਸਨੀਕ ਪਿੰਡ ਦਾ ਨਹੀਂ ਹੈਗਾ ਵਿੱਚ, 74 ਪਲਾਟ ਨੇ ਉਹਨਾਂ ਦੇ ਵਿੱਚ, ਪਿੰਡ ਗੁਰੂ ਕੀ ਵਡਾਲੀ ਦਾ ਇੱਕ ਵੀ ਵਸਨੀਕ ਨਹੀਂ ਹੈਗਾ। ਇਹ ਸਾਡੇ ਕੋਲ ਹੈਗੀ ਆ ਤਕਰੀਬਨ ਸਾਡੇ ਇਕੱਲਿਆਂ ਕੋਲ ਘਰ ਕੋਲ 4-5 ਕਿੱਲੇ ਸਾਂ ਹੈਗਾ। ਨਗਰ 18 ਕਿੱਲੇ ਹੈਗੀ ਆ ਵੈਸੇ, ਹੋਰ ਲੋਕ ਵੀ ਵਾਹੁੰਦੇ ਆ। ਮੈਂ ਜੀ ਸਕੱਤਰ ਸਿੰਘ ਬੱਬੂ, ਕੌਂਸਲਰ, ਵਾਰਡ ਨੰਬਰ 80 ਸਾਡੀ ਪੈਂਦੀ ਗੁਰੂ ਕੀ ਵਡਾਲੀ ਦੀ, ਇੱਥੋਂ ਦਾ ਪਿਛਲੇ ਟਰਨ ਦਾ ਕੌਂਸਲਰ ਰਿਹਾ।
ਸਾਡੇ ਪਿੰਡ ਦੇ ਵਿੱਚ ਗੁਰੂ ਕੀ ਬਟਾਲੀ 'ਚ ਕਦੀ ਵੀ ਇਹੋ ਜਿਹੀ ਕੋਈ ਗੱਲ ਨਹੀਂ ਹੋਈ ਕਿ ਜਾਤ ਪਾਤ ਦੀ ਜਿੱਥੇ ਕੋਈ ਗੱਲ ਹੋਵੇ ਜਾਂ ਐਸ ਸੀ ਹੋਣ ਜਾਂ ਜਨਰਲ ਕੋਟੇ ਦੇ ਹੋਣ, ਕਦੀ ਵੀ ਮਜ਼੍ਹਬੀ ਸਿੱਖ ਜਾਂ ਜੱਟ ਸਿੱਖ ਕਦੀ ਇਹੋ ਜਿਹੀ ਕੋਈ ਗੱਲ ਨਹੀਂ ਹੋਈ। ਪਰ ਪਤਾ ਨਹੀਂ ਕਿਉਂ ਮਾੜੀ ਘੜੀ ਆਈ ਆ ਕਿ ਦੋ ਤਿੰਨ ਸ਼ਰਾਰਤੀ ਅਨਸਰ ਨੇ ਜਿਨ੍ਹਾਂ ਨੇ ਇੱਕ ਨਿਸ਼ਾਨ ਸਾਹਿਬ ਦੀ ਓਟ ਲੈ ਕੇ ਨਿਹੰਗ ਸਿੰਘਾਂ ਦੀ ਓਟ ਲੈ ਕੇ ਕਬਜ਼ਾ ਕਰਨ ਦੀ ਨੀਤ ਨਾਲ ਸਾਡੀ ਇਹ ਜਿਹੜੀ ਜ਼ਿਮੀਂਦਾਰ ਕਾਰਪੋਰੇਸ਼ਨ ਦੀ ਜ਼ਮੀਨ ਆ ਜਿਹੜੀ ਪੰਚਾਇਤ ਦੇ ਵੇਲੇ ਤੋਂ ਜ਼ਿਮੀਂਦਾਰ ਵਾਹੁੰਦੇ ਆ ਰਹੇ ਆ, ਮੁੜ ਕੇ ਕਾਰਪੋਰੇਸ਼ਨ ਕੋਲ ਚੱਲ ਗਈ ਆ, ਕਾਰਪੋਰੇਸ਼ਨ ਨਾਲ ਕੇਸ ਵੀ ਚੱਲਣ ਡਿਆ ਜਿਹਦੀ ਕਿ ਤੁਹਾਨੂੰ ਸਰਦਾਰ ਜਸਵੰਤ ਸਿੰਘ ਜੀ ਇਹ ਪਹਿਲੀ ਵਾਰ ਜਿਹਦੇ ਵਿੱਚ ਇਹਨਾਂ ਨਿਸ਼ਾਨ ਸਾਹਿਬ ਲਾਇਆ, ਉਹਦੀ ਇਹਨਾਂ ਦੱਸਿਆ ਵੀ ਆ ਕਿ ਸਾਡੇ ਕੋਲ 9 ਤਰੀਕੇ 9 ਤਰੀਕੇ ਇਹਨਾਂ ਦੱਸਿਆ ਕਿ ਅਜੇ ਤਰੀਕਾਂ ਚੱਲਣ ਡੀਆਂ ਨੇ ਅਤੇ ਮੁਕੱਦਮੇ ਚੱਲਦੇ ਵਿੱਚ ਹੀ ਆਣ ਕੇ ਪਹਿਲੀ ਕਾਰਪੋਰੇਸ਼ਨ ਦੀ ਵਾਹੁੰਦੇ ਜੱਟ ਆ ਅਤੇ ਤੀਜੀ ਧਿਰ ਆਣ ਕੇ ਉੱਥੇ ਨਿਸ਼ਾਨ ਸਾਹਿਬ ਲਾਉਣ ਡੀ ਆ, ਜਿਹਦਾ ਕਿ ਆਹ ਅਕਾਲ ਤਖਤ ਦਾ ਹੁਕਮਨਾਮਾ ਸਾਡੇ ਕੋਲ ਆ, ਤਿੰਨ ਹੁਕਮਨਾਮੇ ਹੋਏ ਆ ਜਿੱਥੇ ਕਿ ਮਹਾਰਾਜ ਦਾ ਪ੍ਰਕਾਸ਼ ਹੋਣ ਤੋਂ ਬਗੈਰ ਕੋਈ ਵੀ ਬੰਦਾ ਉੱਥੇ ਨਿਸ਼ਾਨ ਸਾਹਿਬ ਨਹੀਂ ਲਾ ਸਕਦਾ, ਉੱਥੇ ਪਰਚਾ ਬਣਦਾ। ਅਸੀਂ ਪ੍ਰਸ਼ਾਸਨ ਨੂੰ ਇਹ ਪੁੱਛਣਾ ਚਾਹੁੰਦੇ ਕਿ ਜਿੱਦਣ ਇਹਨਾਂ ਨਿਸ਼ਾਨ ਸਾਹਿਬ ਲਾਇਆ ਸੀ ਅਸੀਂ ਕਾਰਪੋਰੇਸ਼ਨ ਕੋਲ ਵੀ ਗਏ ਹਾਂ, ਅਸੀਂ ਕਮਿੰਦਰ ਸਾਹਿਬ ਕੋਲ ਵੀ ਗਏ ਹਾਂ, ਉਦੋਂ ਇਹਨਾਂ ਬੰਦਿਆਂ 'ਤੇ ਪਰਚਾ ਕਿਉਂ ਨਹੀਂ ਹੋਇਆ ਜਿਨ੍ਹਾਂ ਨੇ ਮਹਾਰਾਜ ਦਾ ਪ੍ਰਕਾਸ਼ ਉੱਥੇ ਨਹੀਂ ਤਾਂ ਉੱਥੇ ਨਿਸ਼ਾਨ ਸਾਹਿਬ ਦਾ ਝੰਡਾ ਲਾਇਆ, ਇਹ ਕਿਉਂ ਲਾਇਆ ਇਹਨਾਂ ਬੇਦੀ ਸਾਹਿਬ ਤੋਂ ਪਹਿਲਾਂ ਇਹਨਾਂ ਕੀਤੀ ਆ, ਜਦਕਿ ਨਿਸ਼ਾਨ ਸਾਹਿਬ ਹਟਾਉਣ ਵਾਲਿਆਂ ਦੇ ਪਰਚੇ ਹੋ ਗਏ ਆ ਅਤੇ ਜਿਨ੍ਹਾਂ ਨੇ ਗਲਤ ਜਗ੍ਹਾ 'ਤੇ ਉੱਥੇ ਗੋਡੇ ਗੋਡੇ ਮਕਾਈ ਹੋਈ ਹੋਵੇ ਲੋਕ ਉੱਥੇ ਟੱਟੀ ਪਿਸ਼ਾਬ ਕਰਦੇ ਹੋਣ, ਉੱਥੇ ਆਣ ਕੇ ਇਹਨਾਂ ਨਿਸ਼ਾਨ ਸਾਹਿਬ ਲਾਇਆ, ਉਹ ਕੀ ਬੇਦਬੀ ਨੇਗੀ? ਬੇਦਬੀ ਆ ਮੈਂ ਕਿਹਨੂੰ ਆਉਂਦੇ ਹਾਂ ਜਿਨ੍ਹਾਂ ਨੇ ਅਰਦਾਸ ਕਰਕੇ ਮਹਾਰਾਜ ਦਾ ਨਿਸ਼ਾਨ ਤੋਂ ਹਟਾ ਕੇ ਇੱਕ ਗੁਰਦੁਆਰਾ ਸਾਹਿਬ ਬੋੜੀ ਸਾਹਿਬ ਇਹ ਜਮ੍ਹਾਂ ਕਰਾ ਗਏ ਆ, ਉਹਨਾਂ ਬੰਦਿਆਂ ਦੇ ਨਾਲ ਪਰਚਾ ਕਰਦੇ ਆ। ਇੱਕ ਮੇਰਾ PA ਆ ਧਰਮਿੰਦਰ, ਉੱਥੇ ਪਰਚਾ ਕਰਦਾ, ਨਾ ਉਹਦਾ ਪਿੰਡ ਹੀ ਆ ਬਡਾਲੀ, ਉਹ ਬਾਬਾ ਦੀਪ ਸਿੰਘ ਕਲੋਨੀ ਰਹਿੰਦਾ, ਨਾ ਉਹਨੂੰ ਪਹਿਲੀ ਵਾਰ ਵਿਚਾਰੇ ਨੂੰ ਪਤਾ ਹੀ ਆ, ਉੱਥੇ ਨਜਾਇਜ਼ ਪਰਚਾ ਕਰਦਾ ਵੀ ਇੱਕ ਹੁੰਦਰ ਦਾ PA ਆ। ਬੱਬੂ ਭਾਈ ਲੱਗਦਾ ਕਿ ਜਾਣ ਬੁੱਝ ਕੇ ਇਹਨੂੰ ਜਾਤੀਵਾਦ ਦਾ ਰੰਗ ਜਿਹੜਾ ਦਿੱਤਾ ਜਾ ਰਿਹਾ, ਕਿਉਂਕਿ ਕੱਲ੍ਹ ਵੀ ਕਾਫੀ ਵੱਡਾ ਭਾਸ਼ਣ ਉੱਥੇ ਜਿਹੜਾ ਸਾਰੇ ਜਿਹੜੇ 80 ਭਰਾ ਆ ਸਾਡੇ ਭਰਾ ਆ, ਮੈਨੂੰ ਉਹਨਾਂ ਹੀ ਵੋਟਾਂ ਪਾ ਕੇ ਕਹੁੰਦਰ ਬਣਿਆ, ਸਾਰਿਆਂ ਨੇ ਵੋਟਾਂ ਪਈਆਂ ਨੇ ਮੈਂ ਕਹੁੰਦਰ ਬਣਿਆ, ਹਨਾ ਜਾਤ ਪਾਤ ਦਾ ਇੱਥੇ ਕੋਈ ਕੰਮ ਨਹੀਂਗਾ। ਪਰ ਉਹ 3000 ਬੰਦੇ ਸ਼ਰਾਰਤੀ ਆ ਜਿਨ੍ਹਾਂ ਨੇ ਇਹਨਾਂ ਨੂੰ ਗਲਤ ਰੰਗ ਤੋਂ ਦੇ ਕੇ ਅਤੇ ਇਹਨਾਂ ਸਾਡੇ ਪਿੰਡ ਦੇ ਵਿੱਚ ਇੰਨਾ ਖਰਾਬੀ ਪਾਈ ਆ, ਮੈਂ ਉਹਨਾਂ ਨੂੰ ਹੱਥ ਜੋੜ ਕੇ ਅਪੀਲ ਕਰੂੰ ਕਿ ਸਾਡਾ ਪੰਡ ਬੜਾ ਵਧੀਆ ਚੱਲਦਾ, ਇਹਨੂੰ ਇਸੇ ਤਰ੍ਹਾਂ ਚੱਲਣ ਦਿਓ ਭਰਾਓ, ਨਾ ਇਤਨਾ ਕਰੋ ਨੇਤਾ ਜੀ ਆ ਜਾਂ 2-3 ਹੋਰ ਨੇ ਬੰਦੇ ਜਿਹੜੇ ਖਰਾਬ ਕਰ ਰਹੇ ਆ ਉਹ ਨਾ ਇਤਨਾ ਕਰਨ, ਇੱਕ ਤਾਂ ਬੇਦਬੀਗਰ ਹੋ ਗਈ ਆ, ਹਨਾ ਉਹਨਾਂ ਵੀ ਕਰਤੀ ਇਹਨਾਂ ਵੀ ਕਰਤੀ ਗੱਲ ਮਾੜੀ ਆ, ਇਹ ਗੱਲ ਚੰਗੀ ਨਹੀਂ। ਪਰ ਸ਼ੁਰੂਆਤ ਉਹਨਾਂ ਤੋਂ ਹੋਈ ਆ, ਜੇ ਉਹਨਾਂ 'ਤੇ ਉਹਦਾ ਪਰਚੇ ਪ੍ਰਸ਼ਾਸਨ ਕਰਦੇ ਤਾਂ ਗੱਲ ਮੁੱਕ ਜਾਂਦੀ, ਇੱਥੋਂ ਤੱਕ ਗੱਲ ਆਉਣੀ ਨਹੀਂ। ਹੁਣ ਵੇਖੋ ਹੁਣ ਪ੍ਰਸ਼ਾਸਨ ਦੀ ਕੋਲ ਹੁੰਦਿਆਂ ਹੋਇਆਂ ਕੱਲ੍ਹ ਨਿਸ਼ਾਨ ਸਾਹਿਬ ਲਾਉਣ ਲੱਗ ਗਈ ਅਤੇ ਪੁਲਿਸ ਦੀ ਮਿਹਰਬਾਨੀ ਪ੍ਰਸ਼ਾਸਨ ਦੀ, ਉਹਨਾਂ ਨੇ ਉਹਨਾਂ ਦਬਕਾ ਮਾਰਿਆ ਕਿ ਨਿਸ਼ਾਨ ਸਾਹਿਬ ਤੋਂ ਨਹੀਂ ਲਾਉਣੇ, ਅਤੇ ਤੁਹਾਡੇ ਵੀ ਪਰਚੇ ਹੋਣਗੇ। ਉਹ ਅੱਜ ਫਿਰ ਸਵੇਰੇ ਲਾਉਣ ਲੱਗੇ ਅਤੇ ਉੱਥੇ ਜਾ ਕੇ ਵੇਖ ਲਓ ਸਾਡੀਆਂ ਪੈਲੀਆਂ ਹੈ, ਪ੍ਰਸ਼ਾਸਨਾਂ ਰੰਗੀਆਂ ਪਈਆਂ, ਪੁਲਿਸੀ ਪੁਲਿਸ ਤੁਰੀ ਫਿਰਦੀ, ਲੇਡੀ ਵਿਚਾਰੀਆਂ ਪੁਲਿਸ ਇੱਥੋਂ ਰਾਹ ਪੁੱਛ ਪੁੱਛ ਕੇ ਗਏ, ਉੱਥੇ ਨਾ ਕੋਈ ਰਾਹ ਨਾ ਕੋਈ ਖੇੜਾ, ਝੋਨੇ ਲੱਗੇ ਆ ਅਤੇ ਉੱਥੇ ਪ੍ਰਸ਼ਾਸਨ ਪੁਲਿਸ ਵੀ ਖਰਾਬ ਹੁੰਦੀ ਆ। ਪਰ ਇਹ ਬੰਦੇ ਨਿਸ਼ਾਨ ਸਾਹਿਬ ਚੁੱਕੇ ਲਾਉਣ ਡੇ ਆ, ਪੁਲਿਸ ਹਟਾਉਣ ਡੇ ਆ, ਸਾਡੀ ਜ਼ਿੰਮੇਵਾਰੀ ਤਾਂ ਖਤਮ ਹੋ ਗਈ ਜੀ, ਅਸੀਂ ਝਗੜਾ ਨਹੀਂ ਕਰਨਾ ਚਾਹੁੰਦੇ, ਅਸੀਂ ਤਾਂ ਕਾਨੂੰਨੀ ਕਾਰਵਾਈ ਕਰਾਂਗੇ, ਪ੍ਰਸ਼ਾਸਨ ਕੋਲ ਜਾਣੇ ਆ, ਪ੍ਰਸ਼ਾਸਨ ਕੋਲ ਜਾਵਾਂਗੇ। ਜੇ ਸਾਡੀ ਸੁਣਵਾਈ ਨਹੀਂ ਹੋਊਗੀ ਤਾਂ ਫਿਰ ਮਾਨ ਸਾਹਿਬ ਨੇ ਦੱਸਿਆ ਇਹਨਾਂ ਦੇ ਪ੍ਰੈਸ਼ਰ ਪੈ ਗਏ ਸਾਡੇ 'ਤੇ ਪਰਚੇ, ਉਸ ਦਿਨ ਸਾਡਾ ਪ੍ਰੈਸ਼ਰ ਪੈ ਜੂਗਾ ਪ੍ਰੈਸ਼ਰ 'ਤੇ, ਅਸੀਂ ਤਾਂ ਇਹ ਕਰਨਾ ਵੀ ਪਿੰਡ ਦੇ ਵਿੱਚ ਖਰਾਬ ਨਾ ਹੋਈਏ, ਆਪਾਂ ਨਾ ਇਹਨੂੰ ਰੰਗ ਦੇ ਮਜ਼੍ਹਬੀ ਸਿੱਖ ਦਾ ਜਿਹੜਾ ਉਹ ਨਾ ਰੰਗ ਚਾੜੀਏ ਇਹਨੂੰ, ਆਪਾਂ ਇੱਕ ਇਨਸਾਨੀਅਤ ਦੇ ਤੌਰ 'ਤੇ ਚੰਗੀਆਂ ਗੱਲਾਂ ਕਰਦੇ ਹਾਂ ਅਤੇ ਚੰਗੀਆਂ ਕਰੀਏ ਅਤੇ ਕਿਸੇ 'ਤੇ ਗਲਤ ਜਿਹੜਾ ਨਾ ਕੋਈ ਕਾਰਵਾਈ ਕੀਤੀ ਜਾਵੇ। ਹਾਂ ਜੇ ਇਹਨਾਂ ਦਾ ਪ੍ਰੈਸ਼ਰ ਪਿਆ ਤਾਂ ਅਸੀਂ ਵੀ ਸਿੱਖ ਜੁਨੀਅਰ, ਅਸੀਂ ਸਿੱਖ ਆਪਣੀਆਂ ਜਥੇਬੰਦੀਆਂ ਨਾਲ ਲਿਆਵਾਂਗੇ, ਅਸੀਂ ਵੀ ਲਾਦਾਂ ਕਿ ਧਰਨੇ, ਸਾਡੇ ਵੀ ਬੱਸਾਂ ਰੁਕਣ ਦੀ ਜਾ ਰਹੀ, ਸਾਨੂੰ ਰੇਲਾਂ ਰੁਕਣ ਦੀ ਜਾ ਰਹੀ, ਕਿਹੜੇ ਕੰਮ ਦੀ ਨਹੀਂ ਜਾ ਰਹੀ। ਪਰ ਅਸੀਂ ਇਹਨੇ ਕਿ ਕਿਸੇ ਨੂੰ ਨਾ ਲੈ ਜਾਏ, ਪਿੰਡ ਦੇ ਵਿੱਚ ਬਹਿ ਕੇ ਆਪਾਂ ਪਿੰਡ ਦਾ ਹੀ ਨਿਬੇੜਾ ਕਰੀਏ ਅਤੇ ਨਾ ਕਿਸੇ ਜਥੇਬੰਦੀ ਨੂੰ ਬਦਨਾਮ ਕਰੀਏ, ਨਾ ਕਿਸੇ ਜਥੇਬੰਦੀਆਂ ਸਿੱਖ ਜਥੇਬੰਦੀਆਂ ਧਰਮ ਹਨਾ ਜਿਹੜੀ ਜਥੇਬੰਦੀ ਸਾਡੇ ਉਹਨਾਂ ਨੂੰ ਨਾ ਹੀ ਖੱਜਲ ਖਰਾਬ ਕਰੀਏ। ਪਰ ਇਹਨਾਂ ਨੇ ਪਤਾ ਨਹੀਂ ਤਰਨਾ ਦਲ ਦਾ ਕਿੱਥੋਂ ਲਿਆ ਕੇ ਜਥੇਦਾਰ ਆਉਂਦਾ ਵੀ ਅਸੀਂ ਤਰਨਾ ਦਲ ਵਾਲੇ ਹਾਂ, ਪਰ ਇਹਨਾਂ ਨੇ ਕਬਜ਼ੇ ਦੀ ਨੀਤ ਨਾ, ਇਹ ਸਾਰੇ ਬੰਦੇ ਗੁਰਦੁਆਰੇ ਚੜ੍ਹ ਜਾਂਦੇ, ਅਸੀਂ ਚੜ੍ਹ ਜਾਂਦੇ ਇਹਨਾਂ ਕਬਜ਼ੇ 'ਤੇ, ਪਹਿਲਾਂ ਵੀ ਉੱਥੇ ਕਲੋਨੀ ਕੱਟੀ ਗਈ ਆ ਜਿਹਦੇ ਕਿ ਉਹ ਸਾਡੇ ਕੋਲ ਗਰੀਬ ਆਦਮੀ ਬੈਠੇ ਜਿਨ੍ਹਾਂ ਨੂੰ ਲਾਟ ਹੋਏ ਮਕਾਨ, ਇਹਨਾਂ ਬੰਦਿਆਂ ਤਿੰਨਾਂ 'ਚੋਂ ਨੇ ਪਲਾਟ ਵੇਚਿਆ, ਅਸੀਂ ਸਬੂਤ ਕਰਾ ਦਿਆਂ, ਇਨਕੁਆਇਰੀ ਕਰ ਲੈਣ ਉੱਥੇ ਇਹਨਾਂ ਤਿੰਨਾਂ 'ਚੋਂ, ਜਿਹੜੇ ਸਾਡੇ ਪਿੰਡ ਦੇ ਪ੍ਰਧਾਨ ਤਿੰਨ ਜਿਨ੍ਹਾਂ ਨੇ ਨਿਹੰਗ ਲਿਆ ਕੇ ਬਾਤੇ ਆ, ਇਹਨਾਂ ਤਿੰਨਾਂ 'ਚੋਂ ਬੰਦਿਆਂ ਨੂੰ ਉਹਨਾਂ ਪਲਾਟਾਂ 'ਤੇ ਕਬਜ਼ੇ ਕੀਤੇ, ਇਹਨਾਂ ਨੇ ਵੇਚਿਆ ਤੁਹਾਨੂੰ ਜਿਹੜੇ ਵਿੱਚ ਬੈਠੇ ਉਹ ਵੀ ਦੱਸ ਦਿੰਦੇ ਕਿਹਦੇ ਕੋਲ ਲਿਆ ਸੀ।
ਉਹਦੀ ਕੋਈ ਰਜਿਸਟਰੀ ਨਹੀਂ, ਕੋਈ ਲੈਣ ਨਹੀਂ ਦੇਣਾ ਨਹੀਂ। ਉਹ ਵਿਚਾਰੇ ਇੱਕ ਬੰਦਾ ਚੰਡੀਗੜ੍ਹ ਬੈਠਾ, ਜਦੋਂ ਮੈਂ ਨਵਾਂ ਨਾ ਕੌਂਸਲ ਬਣਿਆ ਮੇਰੇ ਕੋਲ ਆਇਆ ਵਿਚਾਰਾ, ਹੈਂ ਇੱਥੇ ਅਸੀਂ ਚੌਂਕੀ ਬਣਾਈ ਉੱਥੇ ਭੇਜਿਆ, ਪਰ ਕਿੱਥੋਂ ਸੁਣਵਾਈ ਉੱਥੇ ਬਹਿ ਜਾਂਦੇ ਜਦੋਂ ਕਬਜ਼ਾ ਕਰਕੇ, ਫਿਰ ਇੱਧਰ ਧਰਨੇ ਲਾਉਣ ਤੋਂ ਡਰਦੇ ਪੁਲਿਸ ਵੀ ਕਹਿੰਦੀ ਹੈ ਨਾ। ਕੋਈ ਲੱਗਦਾ ਨਹੀਂ ਹੈ ਕਿ ਪਹਿਲਾਂ ਵੀ ਇਹੋ ਜਿਹੇ ਕਈ ਗੱਲਾਂ ਸਾਹਮਣੇ ਆਈਆਂ ਵੀ ਨਿਹੰਗ ਸਿੰਘਾਂ ਦੇ ਬਾਣੇ ਦੇ ਵਿੱਚ ਕੁਝ ਲੋਕ ਜਿਹੜੇ ਨੇ ਇਹ ਗੈਰ ਕਾਨੂੰਨੀ ਕੰਮ ਕਰ ਰਹੇ? ਉਹ ਤਾਂ ਤੁਹਾਨੂੰ ਪਤਾ ਤੇ ਭਾਜੀ ਸਾਨੂੰ ਪਤਾ ਹੈ ਨਾ, ਪਹਿਲਾਂ ਆਪਾਂ ਗਜਾ ਕਰਦੇ ਹਾਂ, ਜਦੋਂ ਕੋਈ ਸਕੂਲੇ ਆਪਾਂ ਜਾਂਦੇ ਨੇ ਅਨਪੜ੍ਹ ਹੁੰਦੇ ਹਾਂ, ਫਿਰ ਅਸੀਂ ਨਿਹੰਗ ਬਣ ਜਾਂਦੇ ਚੋਲਾ ਪਾ ਕੇ ਅਤੇ ਮੁੜ ਕੇ ਨਿਹੰਗ ਬਣ ਕੇ ਥਾਣਾ ਸਾਡੇ ਮੂੰਹ ਨਾਲ ਜੋ ਗੱਲ ਕਢਾਓ। ਇਹ ਸਾਰੇ ਨਿਹੰਗ ਇੱਕੋ ਜਿਹੇ ਨਹੀਂ, ਬੜੇ ਬੜੇ ਵਧੀਆ ਵੀ ਹੈਗੇ ਆ, ਬੜੇ ਬੜੇ ਵਧੀਆ ਹੈ ਨਾ, ਦਲ ਚੱਲਣ ਦੇ ਭਾਜੀ। ਇੱਕ ਲਾਗੇ ਨਾ ਉੱਥੋਂ ਤੁਸੀਂ 100-200 ਆ ਜਾਓਗੇ ਨਾ, ਉੱਥੇ ਗੁਰਦੁਆਰਾ ਸਾਹਿਬ ਹੈ ਚਿਤੂਵਾਣੀ ਮੱਲਾਹੜਾ, ਮੇਰੀ ਵਾਰਡ ਦੇ ਵਿੱਚ ਪੈਂਦਾ ਉਹ ਗੁਰਦੁਆਰਾ। ਉਹਦੀ ਤਾਂ ਅਜੇ ਤੱਕ ਉਹਦਾ ਥੜਾ ਇੰਨਾ ਕੋਈ ਬਣਿਆ ਨਹੀਂ ਸੀ, ਕਿੰਨਾ ਪੁਰਾਣਾ ਗੁਰਦੁਆਰਾ, ਅਤੇ ਇੱਥੇ ਨਾ ਇੱਕ ਮਹੀਨਾ ਪਤਾ ਨਹੀਂ ਚੱਲਣਾ ਕਿ ਨਹੀਂ ਚੱਲਣਾ, ਇੰਨਾ ਥੜੇ ਇੰਨਾ ਸੀਮੈਂਟ ਪਾਇਆ ਸੀ ਕਿ ਉਹ ਬੰਦਿਆਂ ਕੋਲ ਨਹੀਂ ਟੁੱਟਾ, ਫਿਰ ਟਰੈਕਟਰ ਦਾ ਆਸਰਾ ਲੈਣਾ ਪਿਆ। ਗਲਤੀ ਕੀਤੀ ਆ ਇਹਨਾਂ ਦੇ ਪਰਚੇ ਕਿਉਂ ਬੰਦੇ ਦੇ ਬਾਈ ਨੇਮ ਹੋ ਗਿਆ, ਤੇ ਜਿਨ੍ਹਾਂ ਨੇ ਨਿਸ਼ਾਨ ਸਾਹਿਬ ਲਿਆ ਕੇ ਗਲਤ ਲਾਇਆ ਉਹਨਾਂ ਦੇ ਪਰਚੇ ਕਿਉਂ ਨਹੀਂ ਹੋਏ? ਅਸੀਂ ਪ੍ਰਸ਼ਾਸਨ ਕੋਲ ਇਹ ਮੰਗ ਕਰਦੇ ਹਾਂ ਕਿ ਸਾਡੇ ਪਰਚੇ ਤੁਸੀਂ ਕਿਤੇ ਦੋ ਚਾਹੁੰਦੇ ਹੋਰ ਕਰ ਦਿਓ, ਕੋਈ ਗੱਲ ਨਹੀਂ, ਕੋਈ ਪਰਵਾਹ ਨਹੀਂ, ਜੇ ਗਲਤੀ ਕੀਤੀ ਤਾਂ ਕਰ ਦਿਓ, ਪਰ ਜਿਨ੍ਹਾਂ ਪਹਿਲਾਂ ਹੱਟ ਤੋਂ ਗਲਤੀ ਕੀਤੀ ਉਹਨਾਂ ਦੇ ਪਰਚੇ ਕਿਉਂ ਨਹੀਂ ਹੋਏ? ਉਹ ਆਂਦੇ ਹੱਟ ਤੇ ਦਬਾਅ ਪੈ ਗਿਆ, ਇਹਦਾ ਦਬਾਅ ਪੈ ਗਿਆ ਵੀ ਅਸੀਂ ਵੀ ਦਬਾਅ ਪਾ ਕੇ ਸਾਨੂੰ ਦਬਾਅ ਪਾਉਣ ਦੀ ਯਾਦ ਲੀਗਲ ਐਡਵਾਈਜ਼ਰ ਹੀ ਨਹੀਂ ਲਈ ਕੋਈ ਜਿਆਦਾ ਥੋੜਾ। ਬਾਕੀ ਸਾਡੇ ਇਲਾਕੇ 'ਚ ਬਹੁਤ ਬੇਨਤੀ ਕਰੂੰਗਾ ਭਾਈ ਸਾਹਿਬ, ਪਿੰਡ ਦਾ ਮਾਹੌਲ ਨਾ ਖਰਾਬ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।